Vai, guarda. ਵੈਲਕਮ ਬੈਕ ਜਿੰਟਰ ਵਲੌਗ ਸੋ ਤੁਸੀਂ ਸੈਟਰਡੇ ਨੇ ਬਹੁਤ ਵਧੀਆ ਹੋਊਗੇ ਸੁਨੀ ਵਲੌਗ ਦੀ ਸਟਾਰਟਿੰਗ ਹੋ ਰਹੀ ਆ ਇੱਧਰ ਫੋਨ 'ਚ ਬੜੇ ਹੋਏ ਆ ਟੈਨਸ਼ਨ ਪਈ ਪਈ ਆ ਪੂਰੀ ਪੂਰੀ ਕਾਹਦੀ ਟੈਨਸ਼ਨ ਪਈ ਹੈ ਟੈਨਸ਼ਨ ਪਈ ਹੈ ਕੀ ਆ ਫੋਨ 'ਚ ਕਾਹਦੇ ਬੜੇ ਨੇ ਕੁਛ ਨਹੀਂ ਕੁਛ ਵੀ ਨਹੀਂ ਆ ਕੀ ਹੈ ਟੈਨਸ਼ਨ ਪਈ ਹੈ ਮੈਚ ਦੀ ਕਿੱਥੇ ਲੱਗਾ ਮੈਚ ਇਹ ਵੀਡੀਓ ਹੈਗੀ ਆ ਮੋਸਟ ਅਵੇਟਿਡ ਵੀਡੀਓ ਸਾਡੇ ਹੋਮ ਟੂਰ ਦੀ ਤੇ ਨਾਲੇ ਆਪਣੀ ਫੈਮਿਲੀ ਅੱਜ ਕੋਈ ਵੀ ਨਹੀਂ ਘਰ ਮੈਂ ਤੁਹਾਰਾ ਇਕੱਲੇ ਆ ਡੈਡੀ ਮੰਮੀ ਹੁਣ ਗਏ ਆ ਕਿਤੇ ਤਾਂ ਮੈਂ ਕਿਹਾ ਅੱਜ ਆਪਾਂ ਆਪਣਾ ਗਏ ਆ ਭੂਆ ਹੁਣੀ ਠੀਕ ਨਹੀਂ ਉਹਨਾਂ ਦਾ ਪਤਾ ਨਹੀਂ ਗਿਆ ਬਾਬਾ ਜੀ ਭੂਆ ਨੂੰ ਛੇਤੀ ਠੀਕ ਕਰੇ ਤੇ ਫੁੱਫੜ ਜੀ ਤੁਹਾਡੇ ਢਿੱਲੇ ਰਹਿੰਦੇ ਆ ਤਾਂ ਕਰਕੇ ਅਸੀਂ ਕਿਹਾ ਵੀ ਹੁਣ ਅੱਜ ਘਰੇ ਕੋਈ ਵੀ ਨਹੀਂ ਹੈਗਾ ਤੇ ਅਸੀਂ ਅੱਜ ਆਪਣਾ ਹੋਮ ਡੇ ਵਿਦਆਊਟ ਫੈਮਿਲੀ ਵਾਈ ਕਰਦਾ ਚਲੋ ਜੀ ਫਾਈਨਲੀ ਆਪਾਂ ਹੁਣ ਸ਼ੂਟ ਕਰ ਰਹੇ ਹਾਂ ਹੋਮ ਟੂਰ ਚਾਹੀਦੇ ਨਾ ਤੁਹਾਨੂੰ ਕਾਫੀ ਸਾਰੇ ਕਮੈਂਟਸ ਆ ਰਹੇ ਆ ਇੰਨੇ ਦਿਨਾਂ ਤੋਂ ਤੇ ਸਟਾਰਟ ਕਰਦੇ ਹਾਂ ਹਾਂ ਵੈਸੇ ਘਰ ਤੇ ਸਾਰੇ ਆਮ ਹੀ ਆ ਘਰਾਂ ਵਰਗੇ ਘਰ ਆ ਪਰ ਸਾਨੂੰ ਕਈਆਂ ਨੇ ਕਮੈਂਟ ਵਿੱਚ ਕਿਹਾ ਵੀ ਭਾਜੀ ਹੋਮ ਟੂਰ ਕਿਉਂ ਨਹੀਂ ਲੈ ਕੇ ਆਉਂਦੇ ਤੁਸੀਂ ਹੋਮ ਟੂਰ ਕਿਉਂ ਨਹੀਂ ਲੈ ਕੇ ਆਉਂਦੇ ਤੇ ਅੱਜ ਅਸੀਂ ਅੱਜ ਆਪਣਾ ਪਿਆਰਾ ਜਿਹਾ ਹੋਮ ਟੂਰ ਲੈ ਕੇ ਆ ਰਹੇ ਹਾਂ ਤੁਹਾਡੇ ਨਾਲ ਤੇ ਕੋਈ ਖਾਸ ਗੱਲ ਤੇ ਹੈ ਨਹੀਂ ਕਿ ਕਿਉਂ ਘਰਾਂ ਵਰਗੇ ਘਰ ਆ ਹਾਂ ਜੋ ਵੀ ਹੈ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਸਟਾਰਟ ਕਰਦੇ ਹਾਂ ਆਪਾਂ ਮੇਨ ਗੱਲ ਇਹ ਆ ਛੱਤ ਸਿਰ ਤੇ ਆ ਇੱਥੇ ਕੌਣ ਕਹਿੰਦੇ ਕਿ ਮੇਰੇ ਕੋਲ ਰਹੋ ਅੱਛਾ ਚਿੱਚੂ ਇਹ ਜੁੱਲੀ ਦੀ ਬੇਟੀ ਆ ਇਹਦਾ ਨਾਮ ਪਰ ਕਿਹਾ ਚੀਚੀ ਇਹਨੂੰ ਨਾ ਨਵਾਂ ਪਟਾ ਲਿਆਂਦਾ ਆਪਾਂ ਨਵਾਂ ਹੀ ਉਹ ਲੈ ਕੇ ਆਉਂਦਾ ਇਹਦੇ ਵਾਸਤੇ ਤੇ ਇਹਨੇ ਉਹ ਹੱਥ ਚੁੱਕੀ ਹੈ ਨਾ ਹਾਂ ਆ ਹੱਡੀ ਰਬੜ ਦੀ ਲੈ ਕੇ ਦਿੱਤੀ ਇਹ ਖਾਂਦੀ ਨਹੀਂ ਚੱਪਲਾਂ ਨੂੰ ਬਹੁਤ ਪੈਂਦੀ ਹੈ ਉਦਾਂ ਚੀਚੀ ਡਰ ਗਈ ਡਰ ਗਈ ਇਹਦੀਆਂ ਅੱਖਾਂ ਨਾ ਬਲਿਊ ਆ ਬਿੱਲੀਆਂ ਆਪਣਾ ਲੀਲੀਆਂ ਅੱਖਾਂ ਇਹਦੀਆਂ ਇਹਨੇ ਬੜਾ ਤੰਗ ਕੀਤਾ ਤੱਕ ਜਾ ਭੱਜ ਆਪਣੀ ਬੀਬੀ ਕੋਲ ਭੱਜ ਆਪਣੀ ਮੰਮੀ ਕੋਲ ਹੁਣ ਜੀਚੀ ਇਹਦੇ ਸਾਡੇ ਪਿੱਛੇ ਪਿੱਛੇ ਸਾਡਾ ਪਿਆਰਾ ਜਿਹਾ ਘਰ ਇਹ ਕਹਿ ਰਹੀ ਜੀਵਨ ਨੇ ਬੜੇ ਚਾਵਾਂ ਨਾਲ ਸਜਾਈ ਹੈ ਪਤਾ ਕੀ ਆਪਣਾ ਜਦੋਂ ਥੋੜਾ ਜਿਹਾ ਨਾ ਦੁਬਾਰਾ ਇੰਟਰਲੋਕ ਦੁਬਾਰਾ ਲਵਾਈ ਸੀ ਤੇ ਆ ਕਿਆਰੀ ਵੀ ਤੇ ਨਾ ਸਾਰੇ ਫੁੱਲ ਦੁਬਾਰਾ ਲਵਾਏ ਸੀ ਬੜੇ ਚਾਵਾਂ ਨਾਲ ਜਦੋਂ ਆਪਣਾ ਵਿਆਹ ਸੀ ਨਾ ਇੱਥੇ ਲਾਏ ਡੀਜੇ ਉਹ ਸਾਰੀਆਂ ਟੈਲਾਂ ਵੀ ਤੋੜਦੀਆਂ ਜਿਹੜੇ ਨਵੇਂ ਨਵੇਂ ਫੁੱਲ ਲਿਆਉਂਦੇ ਨਿਆਣੇ ਇੱਦਾਂ ਫੁੱਲ ਲੈ ਕੇ ਡੀਜਿਆਂ ਨੇ ਇੱਦਾਂ ਸੁੱਟਣ ਉਹ ਮੂਵੀ ਵਿੱਚ ਵਿਆਹ ਵਾਲੀ ਮੂਵੀ ਸਾਰਾ ਕੁਛ ਆ ਹੈ ਸਾਰੇ ਸਾਡੇ ਭਾਣਜੇ ਭਤੀਜੇ ਸੀ ਸਾਡੇ ਕੁਛ ਤੇ ਫੇਰ ਦੁਬਾਰਾ ਲਾਏ ਸੀ ਉਹਨੂੰ ਲਿਆ ਕੇ ਆਪਾਂ ਆਈ ਦੀ ਕਟਿੰਗ ਮੈਂ ਆਪ ਵਿੱਚ ਸ਼ੇਪਲੈਸ ਵਿਚਾਰਾ ਸ਼ੇਪਲੈਸ ਸੋ ਇਹ ਆ ਐਂਟਰੈਂਸ ਦੋ ਜਾਂਦੇ ਨੇ ਕਮਰੇ ਇੱਕ ਸਾਈਡ ਤੋਂ ਇਧਰੋਂ ਐਂਟਰੈਂਸ ਆ ਜਾਂ ਇਧਰੋਂ ਐਂਟਰੈਂਸ ਆ ਇੱਕ ਇਧਰੋਂ ਆ ਮੇਨ ਗੱਲ ਚੌਂਕਾ ਯੈਸ ਜੇ ਘਰ ਦੇ ਚੌਂਕਾ ਨਾ ਹੋਏ ਕਦੀ ਨਹੀਂ ਹੋ ਸਕਦਾ ਤੇ ਹੁਣ ਆਪਾਂ ਇੱਕ ਉਹ ਤੇ ਫੁੱਲ ਬੜਾ ਬੂਟਾ ਬੜਾ ਸੋਹਣਾ ਸੀਗਾ ਉਹ ਫੁੱਲ ਨਹੀਂ ਲੱਗੇ ਫੁੱਲ ਨਹੀਂ ਲੱਗੇ ਉਹਨੂੰ ਤੇ ਚਲੀਏ ਆਪਾਂ ਹੁਣ ਅੰਦਰ ਮੈਂ ਆ ਜੂ ਚਲੋ ਹੁਣ ਤਾਂ ਇੱਕ ਗੱਲ ਦੱਸਦੇ ਆ ਪਿੰਡ 'ਚ ਘਰ ਹੋਏ ਮੰਜੀਆਂ ਨਾ ਵਿਹੜੇ 'ਚ ਦੱਤੀਆਂ ਹੋਣ ਤੇ ਨਜ਼ਾਰਾ ਕਿੱਥੋਂ ਆਉਂਦਾ ਉਹ ਦੇਖੋ ਉਹਦੇ ਹਾਲ ਉੱਧਰ ਤੇ ਇਹ ਮੰਜੀਆਂ ਇਸ ਕਰਕੇ ਡਾਈਆਂ ਸਾਡੇ ਘਰ ਦੁੱਧ ਵਾਲੇ ਆਉਂਦੇ ਬਾਂਦਾਂ ਵਾਲੇ ਦੁੱਧ ਲੈਣ ਤੇ ਜਿਹੜਾ ਵੀ ਆਉਂਦਾ ਮੰਮੀ ਉਹ ਉੱਥੇ ਉਹਦੇ ਉੱਤੇ ਨਾ ਦੁੱਧ ਰੱਖਿਆ ਹੁੰਦਾ ਥੜੀ 'ਤੇ ਤੇ ਇੱਥੇ ਸਾਰੇ ਆ ਕੇ ਬਹਿੰਦੇ ਆ ਤੇ ਫਿਰ ਅੱਗੇ ਕੀ ਹੁੰਦਾ ਪ੍ਰਭ ਕਿੰਨਾ ਚਿਰ ਰੌਣਕ ਲੱਗਦੀ ਪੂਰੀ ਕਿਉਂਕਿ ਸਾਡੇ ਕਮਰੇ ਦੇ ਬਿਲਕੁਲ ਨੇੜੇ ਆ ਤੇ ਆਪਾਂ ਇੱਧਰ ਆ ਸਾਡਾ ਰੂਮ ਐਂਡ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਤੇ ਫਿਲਹਾਲ ਆਪਾਂ ਅੰਦਰ ਚੱਲਦੇ ਆ ਇਹ ਆ ਸਾਡਾ ਖੁੱਲਾ ਜਿਹਾ ਬਰਾਂਡਾ ਸਾਡਾ ਨਾ ਘਰ ਥੋੜਾ ਨੀਵਾਂ ਹੋ ਗਿਆ ਇਸ ਕਰਕੇ ਕਿਉਂਕਿ ਜਦੋਂ ਆਪਾਂ ਛੱਤਿਆ ਸੀ ਉਦੋਂ ਬਹੁਤ ਉੱਚਾ ਸੀ ਤੁਹਾਨੂੰ ਪਤਾ ਗਲੀਆਂ ਨਾਲੀਆਂ ਜਦੋਂ ਬਣਦੀਆਂ ਪਿੰਡਾਂ 'ਚ ਸਾਰਾ ਕੁਛ ਹੁੰਦਾ ਫਿਰ ਨੀਵੇਂ ਹੋ ਜਾਂਦੇ ਆ ਤੇ ਬੇਸਮੈਂਟ ਟਾਈਪ ਹਾਂ ਤੇ ਪੰਜ ਰੂਮ ਆ ਤੇ ਪੰਜਾਂ ਰੂਮ ਵਿੱਚੋਂ ਆ ਸਾਡਾ ਰੂਮ ਆ ਉਹ ਪਿੰਪਾ ਦਾ ਰੂਮ ਆ ਸੈਂਟਰ ਵਾਲਾ ਡਰਾਇੰਗ ਰੂਮ ਆ ਸਟੋਰ ਰੂਮ ਸਟੋਰ ਤੇ ਰੈਨੋਵੇਸ਼ਨ ਕਾਫੀ ਬਣ ਗਈ ਹਾਂ ਤੇ ਮੰਮਾ ਪਾਪਾ ਸਾਡੇ ਇੱਥੇ ਸੌਂਦੇ ਆ ਕਿਉਂਕਿ ਉਹਨਾਂ ਨੂੰ ਅੰਦਰ ਨੀਂਦ ਆਉਂਦੀ ਹੋਈ ਨਹੀਂ ਬੈੱਡ ਤੇ ਉਹਨਾਂ ਨੂੰ ਆਉਂਦੀ ਨਹੀਂ ਮੰਜੇ ਤੇ ਸੌਂਦੇ ਆ ਤੇ ਮੰਜੇ ਤੇ ਸੌਂਦੇ ਆ ਕਿਉਂਕਿ ਕਹਿੰਦੇ ਬੈੱਡ ਤੇ ਸਾਡਾ ਲੱਕ ਪੀੜ ਹੋਣ ਲੱਗ ਜਾਂਦਾ ਤੇ ਮੈਂ ਇੱਕ ਦਿਨ ਮੰਜੀ ਤੇ ਸੁੱਤੀ ਤੇ ਮੇਰੇ ਸਾਰੀਆਂ ਖੰਡੀਆਂ ਪੈ ਗਈਆਂ ਕਿ ਮੈਂ ਨਹੀਂ ਸੌ ਸਕਦੀ ਤੁਹਾਨੂੰ ਇੱਕ ਹੋਰ ਗੱਲ ਦੱਸਦੇ ਆ ਆ ਜਿਹੜੀ ਨਾ ਇੱਥੇ ਘੜੀ ਲੱਗੀ ਨਾ ਵਾਲੀ ਟਾਈਮ ਪੀਸ ਲੱਗਾ ਵਾਲਾ ਤੇ ਨਾ ਇੱਕ ਸਾਡੇ ਘਰ ਬੰਦਾ ਆਇਆ ਮੈਂ ਤੇ ਭਰਾ ਇੱਥੇ ਬੇਟੇ ਨੂੰ ਚਾਹ ਪਾਣੀ ਪਿਆ ਇੱਦਾਂ ਹੀ ਮੰਗਣ ਵਾਲਾ ਜਾਂ ਕਿੱਦਾਂ ਮਤਲਬ ਆਉਂਦਾ ਰਹਿੰਦਾ ਰਹਿੰਦਾ ਉਹ ਕਹਿੰਦਾ ਮੈਨੂੰ ਆਹ ਘੜੀ ਦੇ ਦਿਓ ਮੈਂ ਕਿਹਾ ਆਹ ਵਾਲੀ ਨਹੀਂ ਦੇਣੀ ਹੋਰ ਸਾਰੀਆਂ ਅੰਦਰ ਜਾ ਕੇ ਫਿਰ ਉਹਨੂੰ ਮੈਂ ਘੜੀ ਦਿੱਤੀ ਮੈਂ ਕਿਹਾ ਭਰਾ ਆਹ ਨਾ ਲੈ ਕੇ ਜਾਈ ਤੂੰ ਹੋਰ ਲੈ ਜਾ ਫਿਰ ਉਹ ਤੇ ਉਹ ਲਾਈਆਂ ਇਹ ਵੀ ਸਾਰਾ ਓਪਨ ਆ ਗ੍ਰਿਲ ਲੱਗੀ ਹੋਈ ਹਾਂ ਆਪਾਂ ਬਥੇਰੀ ਵਾਰ ਕਿਹਾ ਘਰਦਿਆਂ ਨੂੰ ਵੀ ਇਹਨੂੰ ਥੋੜਾ ਆਪਾਂ ਨਾ ਉਹ ਕਰ ਲੈਂਦੇ ਹਾਂ ਪਰ ਮੰਮੀ ਕਹਿੰਦੀ ਨਹੀਂ ਹਨੇਰਾ ਹੋ ਜਾਂਦਾ ਅੰਦਰ ਹਨੇਰਾ ਆ ਜਾਂਦਾ ਹਨੇਰਾ
ਤਾਂ ਕਰਕੇ ਨਹੀਂ ਮੰਮੀ ਹੁਣੀ ਆ ਕਰਦੇ ਇਹਨੂੰ। ਆਹ ਆਪਣਾ ਸ਼ੀਸ਼ਾ ਹੈ ਤੇ ਉਹ ਬਾਜ ਖਾਨੇ। ਆਹ ਆਪਣਾ ਸ਼ੀਸ਼ਾ ਹੈ, ਇੱਥੇ ਆਪਾਂ ਬੰਨਣਾ ਪਰਨਾ ਪੱਗ ਤੇ ਇਹਦੇ ਵਿੱਚ ਸਮਾਨ ਸਮੂਹ ਰੱਖ ਲਈਦਾ, ਡਸਟਬੀਨ ਆਪਣਾ। ਆਹੋ ਉਹ ਕੁੰਡੀ ਲਵਾਉਣੀ ਮੈਂ, ਪੱਗ ਬੁਣੀ ਕਰਨੀ ਸੌਖੀ ਹੋ ਜਾਂਦੀ ਆ। ਤੇ ਇੱਥੇ ਸਾਡੇ ਸਾਰੇ ਬਰਥਡੇ ਯਾਰ ਵਗੈਰਾ ਸਾਰੇ ਸੈਲੀਬ੍ਰੇਟ ਇੱਧਰ ਹੁੰਦੇ ਆ। ਹੈਪੀ ਅਰਥਡੇ ਹੋ ਗਿਆ, ਕੀ ਹੋ ਗਿਆ? ਯੈਸ ਬਰਥ ਵੀ ਉੱਥੇ ਰਹਿ ਗਿਆ ਵਿਚਾਰਾ, ਉਹ ਡਿੱਗ ਗਿਆ ਥੱਲੇ। ਜੈਪੁਰ ਤੋਂ ਤੇ ਮੇਰੇ ਦੇ ਪਿੰਦੂ ਭਾਈ ਦੇ, ਇਹ ਮੇਰੇ ਸਕੂਲ ਦੇ ਵੀ ਹੈਗੇ ਪਤਾ ਤੁਹਾਨੂੰ ਕੁਛ। ਨਹੀਂ ਨਹੀਂ ਉੱਪਰੋਂ ਫਸਟ ਆਉਂਦੇ ਮਿਲਦੇ ਆ, ਬਾਬਾ ਜੀ ਦੇ ਚਰਨਾਂ 'ਚ ਰੱਖੇ ਆਪਾਂ। ਇੱਧਰ ਲੱਗੀ ਸਾਡੀ ਫੋਟੋ, ਆਹ ਪਰ ਆਹ ਸਾਨੂੰ ਕੌਣ ਆ ਗੁਰੂ ਨਾਨਕ ਦੇਵ ਜੀ ਦੀ ਫੋਟੋ, ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਤੇ ਬਹੁਤ ਵਧੀਆ ਇੱਥੇ। ਸਾਡੇ ਘਰਦਿਆਂ ਦਾ ਪਤਾ ਕੀ ਮੇਨ ਮੋਟਿਵ ਇਹ ਸੀਗਾ, ਘਰ ਪਾਉਣ ਦਾ, ਖਿੜਕੀਆਂ ਪਾਉਣੀਆਂ, ਮਤਲਬ ਅੰਦਰਾਂ ਚ ਹਨੇਰਾ ਨਾ ਰਹੇ, ਬਾਕੀ ਹਨੇਰਾ ਹੈ ਵੀ ਨਹੀਂ ਕਿਤੇ ਵੀ। ਅੱਛਾ ਥੋੜਾ ਖਰਾਬ ਹੋ ਗਿਆ ਹਨਾ ਵਾਲਾ, ਮੰਮੀ ਮੀਨਾ ਮਾੜੇ ਦੇ ਨਾ, ਸਲਾਬ ਜੀ ਬਹੁਤ ਆ, ਤੁਹਾਨੂੰ ਪਤਾ ਸਲਾਬ ਬਹੁਤ ਹੁੰਦੀ, ਉਹਦੇ ਕਰਕੇ ਨਾ ਬੜਾ ਕੰਮ ਖਰਾਬ ਰਹਿੰਦਾ। ਹੁਣ ਆਪਾਂ ਚੱਲੇ ਆ ਪਿੰਦੂ ਭਾਈ ਦੇ ਰੂਮ ਚ, ਪਿੰਦੂ ਭਾਈ ਉਹਦੇ ਚਿੱਲ ਕਰ ਰਹੇ ਆ, ਮੈਚ ਦੇਖ ਰਹੇ ਆ। ਛੋਟਾ ਭੀਮ ਦੇ ਜਾਂ ਮੈਚ, ਛੋਟਾ ਭੀਮ ਬਹੁਤ ਹੈ ਤੇ ਭਾਜੀ ਪਤਾ। ਹਾਂ ਤੇ ਆ ਵੀ ਸਟੋਰ ਰੂਮ ਆ, ਬਾਅਦ ਚ ਦਿਖਾਉਂਦੇ ਆ ਤੁਹਾਨੂੰ। ਕਿਦਾਂ ਭਾਈ ਚਿੱਲ ਕਰਦੇ ਆ ਕਮਰੇ ਚ ਆਪਣੇ, ਜਿਹੜੀ ਜੋਲੀ ਐਲਡਲ ਬੀ 2। ਮੇਰੀ ਗੱਲ ਸੁਣੋ, ਉਹ ਖਿੜਕੀ ਕਿਉਂ ਬਣਾਈ ਸੀਗੀ? ਉਹ ਤਾਂ ਬਣਾਈ ਵੀ ਸ਼ਾਰਟਕਟ ਪਾਸ ਹੋ ਜੇ ਸੋਈ ਵਿੱਚ ਕੋਈ ਰੋਟੀ ਪਾਣੀ। ਵਾਹ। ਤੇ ਇਹ ਆ ਪਿੰਦੂ ਭਾਈ ਦਾ ਰੂਮ, ਇਹ ਦੀਵਾਨ ਵਾਲਾ ਪਹਿਲਾਂ ਸਾਡੇ ਕਮਰੇ ਵਿੱਚ ਸੀਗਾ, ਫਿਰ ਆਪਾਂ ਇੱਧਰ ਸ਼ਿਫਟ ਕਰਤਾ ਹਨਾ, ਤਾਂ ਕੀਤਾ ਫਿਰ ਉੱਥੇ ਪਾਓ ਕਰ ਲੈ ਹਨਾ, ਸੋਫੇ ਲੜੇ। ਯੈਸ। ਤੇ ਹੁਣ ਆਪਾਂ ਚੱਲਦੇ, ਉਹਦੇ ਕੀ ਵੇਖੀ ਜਾਂਦੇ ਆ, ਟੂਬਲ ਲੱਗੀ। ਇਹ ਸਾਡਾ ਹੈ, ਇਹ ਸਾਡਾ ਹਾਂ ਤਾਂ ਨਹੀਂ ਐਗਜ਼ੈਕਟਲੀ, ਇਹ ਸਟੋਰ ਰੂਮ ਆ ਆਪਣਾ। ਆ ਟਰੰਕ ਟਰੁਕ ਸਭ ਇਹਦੇ ਵਿੱਚ ਹੀ ਪਏ ਆ। ਨੈਕਸਟ ਹੁਣ ਹੈਗਾ ਆ ਸਾਡਾ ਰੂਮ, ਲਾਈਟਾਂ ਬੰਦ ਕਰੀ ਲਓ ਨਾਲ ਨਾਲ। ਨੈਕਸਟ ਹੈਗਾ ਹੁਣ ਸਾਡਾ ਰੂਮ, ਇਹ ਵੀ ਸਟੋਰ ਰੂਮ ਆ, ਇੱਧਰ ਵੀ ਕੁਛ ਨਹੀਂ ਸਭ। ਹਾਂ ਇਨਵੇਟਰ ਇਨਵੇਟਰ ਆ, ਦਿਸ ਇਜ਼ ਆਵਰ ਰੂਮ। ਪੈਸੇ ਦੇਣ ਲੱਗਿਆ ਜੀਵਨ ਨੇ, ਅਲਮਾਰੀ ਖੋਲਤੀ। ਵਾਓ, ਸਾਡਾ ਹੋਮ ਸਵੀਟ ਹੋਮ। ਪਤਾ ਕੀ ਗੱਲ, ਜਦੋਂ ਇੱਥੇ ਕਲਰ ਕਰਾਉਣਾ ਸੀਗਾ ਨਾ, ਤੇ ਆਪਣਾ ਵਿਆਹ ਤੇ ਹੋਇਆ ਨਹੀਂ, ਮੈਂ ਆਪਣੇ ਹਿਸਾਬ ਨਾਲ ਕਲਰ ਕਰਾਇਆ, ਤਾਂ ਵਾਲਪੇਪਰ ਵੀ ਸਾਰਾ ਮੈਂ ਆਪ ਹੀ ਲਾਇਆ ਵਾ। ਜਿਹੜਾ ਕਈ ਜਣੇ ਮੈਨੂੰ ਕਹਿੰਦੇ ਜਿੱਦਾਂ ਪਲਸਤਰ ਨਹੀਂ ਕੀਤਾ ਹੁੰਦਾ ਇਦਾਂ ਲੱਗਦਾ। ਜਿਹੜਾ ਵਿਆਹ ਤੋਂ ਬਾਅਦ ਤੇ ਨਾਲ ਦੀ ਮਾਸੀ ਦੇ ਮੁੰਡੇ ਦਾ ਵਿਆਹ ਸੀਗਾ, ਭਾਜੀ ਹੁਣੀ ਆਏ, ਤੁਸੀਂ ਆ ਕੋਈ ਘਰ ਛੱਡਿਆ, ਮੈਂ ਕੀ ਆ ਕੰਧ ਨੂੰ ਪਲਸਤਰ ਸੀਗਾ, ਇਹ ਕਿੱਥੇ ਗਿਆ, ਇੱਟਾਂ ਕਿੱਦਾਂ ਆ ਗਈਆਂ। ਮੈਂ ਵਾਲਪੇਪਰ ਲਾਇਆ, ਪਰ ਮੈਂ ਨਾ ਜਾਣ ਕੇ ਨਾ ਟਰਾਈ ਕਰਦਾ ਪਿਆ ਸੀ, ਮੇਰੇ ਨਾ ਕਿਸੇ ਫਰੈਂਡ ਕੋ ਇੱਦਾਂ ਹੀ ਪਿਆ ਸੀ ਸਾਰਾ, ਉਹ ਕਹਿੰਦਾ ਲੈ ਜਾ ਕੇ ਦੇਖ ਟਰਾਈ ਕਰਕੇ, ਮੈਂ ਆਪ ਹੀ ਕਰ ਕੁਰ ਲਿਆ। ਜਦੋਂ ਮੈਂ ਕੋਈ ਕੰਮ ਕਰਵਾਉਣ ਲੱਗੀ ਤਾਂ ਆਪਾਂ ਕਮਰੇ ਦਾ, ਤੇ ਪ੍ਰਭੂ ਨਹੀਂ ਕਹਿੰਦੇ ਆ ਵੀ ਨਹੀਂ ਆਪਾਂ ਖੈਰ ਹੀ ਕਰਾਂਗੇ। ਨਹੀਂ ਨਹੀਂ, ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਸਾਰੀ ਰੈਨੋਵੇਸ਼ਨ ਕਰਨੀ ਆ ਟੋਟਲੀ ਦੁਬਾਰਾ, ਜਦੋਂ ਕਰਨੀ ਹੋਈ ਉਹ ਤੁਹਾਨੂੰ ਫਿਰ ਰੂਮ ਪੂਰਾ ਆਪਾਂ ਦਿਖਾਵਾਂਗੇ। ਪਹਿਲਾਂ ਮੇਰਾ ਉਹ ਸੀਗਾ ਸੈਟਅਪ ਵੀਡੀਓਜ਼ ਦਾ, ਆਪਾਂ ਇੱਥੇ ਵੀਡੀਓਜ਼ ਬਣਾਉਂਦੇ ਸੀਗੇ, ਫਿਰ ਆਪਾਂ ਚੇਂਜ ਕਰਤਾ ਜਦੋਂ ਮੇਰੇ ਕੋਲ ਰਿੰਗ ਲਾਈਟ ਆ ਗਈ। ਪਹਿਲਾਂ ਮੇਰੇ ਕੋਲ ਰਿੰਗ ਲਾਈਟ ਨਹੀਂ ਸੀ, ਤਾਂ ਜੀਵਨ ਨੇ ਮੈਨੂੰ ਆਹ ਸਾਰਾ ਲਾਈਟਸ ਨਾਲ ਸੈਟਅਪ ਕਰਕੇ ਦਿੱਤਾ ਸੀਗਾ। ਤੇ ਆ ਵੀ ਸਾਡੀਆਂ ਬਹੁਤ ਸਾਰੀਆਂ ਯਾਦਾਂ ਆ ਸਾਡੇ ਵਿਆਹ ਤੋਂ ਬਾਅਦ ਦੀਆਂ, ਸਾਰੀਆਂ ਪਿਕਸ, ਸਾਰੀਆਂ ਪਿਕਸ ਵਿਆਹ ਤੋਂ ਬਾਅਦ ਆ ਮੇਰੀ ਮਿੰਨੀ। ਹਾਂ ਪਰ ਆ ਤੁਹਾਨੂੰ ਦਿਖਾਉਂਦੇ ਆ ਪਿਕਸ ਦਾ, ਪਤਾ ਕੀ ਆ ਜਦੋਂ ਮੈਂ ਆਪਾਂ ਪਾਪਾ ਨਾਲ ਗਈ ਹਵੇਲੀ, ਜੋ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਾਂ ਆਏ ਨਾ ਉੱਥੇ ਹਵੇਲੀ, ਸਾਰੇ ਗਏ ਘੁੰਮਣ ਆਪਾਂ, ਤੇ 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 ਹਾਂ ਇੱਥੇ ਆਪਾਂ ਗਏ ਸੀ ਤੱਲਣ ਸਾਹਿਬ,
ਮੱਥਾ ਟੇਕਣ ਤੇ ਆਪ ਆ ਗਏ ਸੀ ਬਾਅਦ ਚ ਮੋਲ ਉੱਥੇ ਐਮਬੀਡੀ ਮੋਲ ਘੁੰਮਣ ਮਤਲਬ ਉਹ ਪੂਰਾ ਦਿਨ ਆਪਾਂ ਫਨ ਕੀਤਾ ਸੀ ਆ ਸ਼ਿਮਲੇ ਦੀ ਪਿੱਕ ਆ ਆਪਣੀ ਸ਼ਿਮਲੇ ਦੀ ਪਿੱਕ ਆ ਮੇਰੀ ਬਾਟਲ ਚ ਨਿਕਲੀ ਹੋਈ ਪੀਪੀ ਆ ਆਪਾਂ ਜੈਪੁਰ ਤੋਂ ਲੈ ਕੇ ਆਏ ਸੀ ਆਪਣਾ ਕੋਈ ਮਤਲਬ ਕਿ ਆਪਣੀ ਹਾਂ ਨਿਸ਼ਾਨੀ ਲੈ ਕੇ ਆਏ ਸੀ ਵੀ ਆਪਾਂ ਜੈਪੁਰ ਵਾਲ ਲੈ ਕੇ ਆਏ ਆ ਐਂਡ ਆ ਆਪਣੇ ਫਰੈਂਡਸ ਨੂੰ ਆਪਣੀ ਐਨੀਵਰਸਰੀ ਤੇ ਪਿੰਦੋ ਦਿੱਤਾ ਸੀ ਸਾਨੂੰ ਗਿਫਟ ਇਹ ਜਗਦਾ ਬਹੁਤ ਵਧੀਆ ਆ ਦੇਖੋ ਆ ਲੈਂਪ ਦੀ ਖਾਸੀਅਤ ਦੱਸਾਂ ਤੁਹਾਨੂੰ ਇਹ ਇਦਾਂ ਨਹੀਂ ਜਗਦਾ ਇਹਨੂੰ ਟੱਚ ਕਰੋ ਇਹ ਫਿਰ ਜਗਦਾ ਆ ਲਓ ਕਿੰਨੀ ਲਾਈਟ ਆ ਇਹਦੀ ਇਹ ਸਾਨੂੰ ਦਿੱਤਾ ਸੀਗਾ ਲਵਲੀ ਹੇਜ਼ਲ ਦੀਦੀ ਹੋਣਾ ਨੇ ਤੇ ਹੈ ਨਾ ਆ ਦੇਖੋ ਆ ਆਪਾਂ ਮੈਂ ਬਸੰਤ ਪੰਚਮੀ ਤੋਂ ਹਰ ਸਾਲ ਜਾਂਦਾ ਹਾਂ ਦਕੋਏ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਸੇਵਾ ਕਰਨ ਤਿੰਨ ਦਿਨ ਲਗਾਤਾਰ ਆਪਾਂ ਸੇਵਾ ਕਰਨੀ ਉੱਥੇ ਇਹ ਮੈਨੂੰ ਉੱਥੋਂ ਮਿਲਿਆ ਸੀ ਤੇ ਇੱਕ ਹੋਰ ਚੀਜ਼ ਤੁਹਾਨੂੰ ਦਿਖਾਉਣਾ ਕੀ ਆ ਕੌਣ ਰੋਟੀ ਖਾਧੀ ਸੀਗੀ ਨਾ ਤੇ ਇਧਰ ਸਾਰਾ ਮੇਰਾ ਸਮਾਨ ਪਿਆ ਮੈਨੂੰ ਪਰਫਿਊਮ ਕਲੈਕਸ਼ਨ ਮੈਨੂੰ ਇੰਨਾ ਪਸੰਦ ਆ ਨਾ ਪਰਫਿਊਮ ਯੂਜ ਕਰਨਾ ਅੱਧ ਤੋਂ ਜ਼ਿਆਦਾ ਆ ਸਾਰੇ ਬੋਕਸਿਸ ਜਿਊਲਰੀ ਦੇ ਆ ਉਹਦੇ ਪਰਸ ਪਏ ਆ ਆ ਡਰਾਅ ਚ ਸਾਰੇ ਸ਼ੇਡਸ ਆ ਮੇਰੇ ਸਾਰੀਆਂ ਐਨਕਾਂ ਹੀ ਇਹਦੇ ਵਿੱਚ ਇਹਦੇ ਵਿੱਚ ਮੇਕਅਪ ਦਾ ਸਮਾਨ ਆ ਇਹਦੇ ਵਿੱਚ ਵੀ ਮਸ਼ੀਨਾਂ ਵਗੈਰਾ ਹੈਗੀਆਂ ਸਭ ਸਮਾਨ ਇੱਥੇ ਪਿਆ ਹੋਇਆ ਆ ਸੋ ਇਹ ਆ ਸਾਡਾ ਪਿਆਰਾ ਜਿਹਾ ਰੂਮ ਦਿਖਾਤਾ ਮੈਂ ਦਿਖਾਤਾ ਇਹ ਤੇ ਇੰਨੀਆਂ ਅਜੇ ਹੋਰ ਪਈਆਂ ਨੇ ਚਲੀਏ ਛੱਤ ਕਦੇ ਵੀ ਨੀ ਜਿਹਦੇ ਵਿੱਚ ਅਜੇ ਤੇ ਸਵਾਹ ਭਰੀ ਆ ਜਦੋਂ ਸਵਾਹ ਕੱਢੀ ਹੋਈ ਨਾ ਇਹ ਚੋਂ ਇੰਨੀ ਖੁੱਡ ਲੱਗਦੀ ਉਹ ਕਿੱਦਾਂ ਉਹ ਪ੍ਰਭ ਕੱਢਦੀ ਖੁੱਡ ਇਹ ਨਾ ਮਿੱਟੀ ਜਿਹਦੀ ਖੁੱਡ ਕੱਢ ਕੱਢ ਕੇ ਨਾ ਮਿੱਟੀ ਘਰ ਅੰਦਰ ਰੱਖ ਲੈਂਦੀ ਆ ਖਾਣ ਨੂੰ ਬੰਦ ਕਰਤੀ ਆ ਮੈਂ ਹੁਣ ਹਾਂ ਮਿੱਟੀ ਬੰਦ ਇੱਥੇ ਤੇ ਆਪਾਂ ਚੱਲੀਏ ਉੱਪਰ ਹਾਂ ਮਾਸੀ ਦਾ ਘਰ ਆ ਨਾਲ ਹੀ ਛੋਟੀ ਜਿਹੀ ਕੰਧ ਦਾ ਵਿੱਚ ਚਲੋ ਹੁਣ ਆਪਾਂ ਮੌਸਮ ਫਰਵਰੀ ਦਾ ਮਹੀਨਾ ਅਜੇ ਫਿਰ ਵੀ ਗਰਮੀ ਬਹੁਤ ਆ ਅੱਛਾ ਲੋਕਾਂ ਦੀ ਨਹੀਂ ਹੁੰਦੀ ਹੈ ਨਾ ਇੱਧਰ ਸਾਡੇ ਇੱਟਾਂ ਉੱਟਾਂ ਪਈਆਂ ਨੂੰ ਪੁਰਾਣਾ ਕੁਆਰ ਜਿਹਾ ਪਿਆ ਹੋਣਾ ਅਤੇ ਆਹ ਡੈਡੀ ਨੇ ਜਿਹੜਾ ਬਾਲਣ ਵੜ ਵੜ ਲਿਆਉਂਦਾ ਉੱਥੋਂ ਸਾਂਗ ਇਹ ਸਾਡਾ ਕੋਠਾ ਇੱਥੇ ਤੇ ਰਾਤ ਨੂੰ ਜੇ ਬੰਦਾ ਰੋਟੀ ਪਾਣੀ ਖਾ ਕੇ ਜਿੰਨੀ ਮਰਜ਼ੀ ਸੈਰ ਕਰ ਸਕਦਾ ਪਾਣੀ ਲਾਇਆ ਹੋਇਆ ਤੇ ਆਹ ਸਾਹਮਣੇ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਹੈ ਘਰਾਂ ਵਰਗੇ ਘਰ ਆ ਆਪਾਂ ਕੋਈ ਉਹ ਜਿੱਦਾਂ ਕਹਿੰਦੇ ਨਾ ਰਾਜੇ ਮਹਾਰਾਜੇ ਨਹੀਂ ਜਿੱਦਾਂ ਵੀ ਆਈਆਂ ਬਸ ਸਾਰੇ ਕਹਿੰਦੇ ਵੀ ਤੁਹਾਡਾ ਹੋਮ ਟੂਰ ਨਹੀਂ ਆਉਂਦਾ ਹੋਮ ਟੂਰ ਨਹੀਂ ਆਉਂਦਾ ਘੱਟੋ ਘੱਟ ਸਾਲ ਦੋ ਉਹ ਚੱਲਾ ਸਾਨੂੰ ਵਲੋਗਿੰਗ ਕਰਦੇ ਨੂੰ ਪਰ ਹੋਮ ਟੂਰ ਆਪਾਂ ਕਦੇ ਨਹੀਂ ਦਿੱਤਾ ਅਤੇ ਉਹ ਤੁਸੀਂ ਸਪੋਰਟ ਕਰੋਗੇ ਅਤੇ ਤੁਹਾਡੇ ਸਿਰ 'ਤੇ ਆਪਾਂ ਵਾ ਕਿ ਨੈਕਸਟ ਕਿਤੇ ਤੇ ਤੁਹਾਨੂੰ ਵੀਡੀਓ ਚਾਹੀਦੀ ਆ ਹਾਂ ਕਿਹੜਾ ਵਲੋਗ ਤੁਹਾਨੂੰ ਦਈਏ ਆਪਾਂ ਜਿਹੜਾ ਤੁਸੀਂ ਕਹੋਗੇ ਉਹ ਤੁਹਾਨੂੰ ਵੀਡੀਓ ਮਿਲੇਗੀ ਬਾਏ ਗਾਈਜ਼ ਲਵ ਯੂ ਆਲ ਸਬਸਕ੍ਰਾਈਬ ਕਰ ਲਓ ਜਾ ਕੇ ਯੂਟਿਊਬ ਫੈਸ਼ਨਲ ਨਾ ਮੜ ਬੋਤ ਸਰੋਜੀ ਸ਼ਾਮ ਦੇ ਵੱਜ ਕੇ ਨੇ 4 ਤੇ ਹੋਮ ਟੂਰ ਹੋ ਗਿਆ ਸੀਗਾ ਆਪਣਾ ਡਨ ਤੇ ਮੰਮਾ ਪਾਪਾ ਵੀ ਘਰ ਵਾਪਸ ਆ ਗਏ ਸੀਗੇ ਤੇ ਹੁਣ ਫੇਰ ਇਹਨਾਂ ਨੇ ਤਿਆਰੀਆਂ ਖਿੱਚ ਲਈਆਂ ਆ ਪਾਪਾ ਕਿੱਥੇ ਚੱਲੇ ਹੋ ਆਈ ਐਮ ਗੋਇੰਗ ਟੂ ਦਾ ਸੋਹਰਾ ਹੋਮ ਪਾਪਾ ਕਹਿੰਦੇ ਮੰਮੀ ਚੱਲੇ ਆਪਣੇ ਪੇਕਿਆਂ ਦੇ ਸਾਡੇ ਮਾਮਾ ਪਿੰਡ ਲੱਗ ਗਏ ਆ ਤੇ ਮਾਮਾ ਪਿੰਡ ਚੱਲੇ ਘੁੰਮਣ ਹੋਰ ਸਾਡੀ ਮੰਮੀ ਨੇ ਪੇਕੇ ਜਾਣਾ ਆਪਣੇ ਬਦਲ ਕੇ ਸੂਟ ਪਾ ਗਿਆ ਹੋਰ ਇਹ ਹੋਮ ਟੂਰ ਕੀਤਾ ਸੀ ਅੱਜ
ਘਰ ਦਿਖਾਇਆ ਆਪਣਾ ਸਾਰਾ। ਮੰਮੀ ਕਹਿੰਦੇ ਅੱਜ ਅੱਜ ਮੈਂ ਵੀ ਕਵਾਂ 1:30 ਵਜੇ ਕੱਪੜੇ ਕਿਨੇ ਤੈਅ ਮਾਰ ਕੇ ਰੱਖਦੇ, ਸ਼ਾਮਾਂ ਨੂੰ ਕੱਪੜੇ ਤੈਅ ਮਾਰਦੀ ਹੁੰਦੀ ਆ ਤਾਂ ਕਰਕੇ ਤਰੇਲ ਵਾਲੇ। ਮੰਮੀ ਤਰੇਲ ਪੈਂਦੀ ਹੈ ਇੰਨੀ ਗਰਮੀ 'ਚ। ਅਤੇ ਬਾਏ ਬਾਏ ਨੋ ਟਾਈਮ ਨਾ, ਮੈਂ ਸਿਹਤ ਲਾ ਕੇ ਬੈਠੀ ਹਾਂ, ਮੈਂ ਹੈੱਡ ਵਾਸ਼ ਕਰਨ ਲੱਗੀ ਆਪਣਾ, ਅਤੇ ਫਿਰ ਤੁਹਾਨੂੰ ਮਿਲਦੇ ਹਾਂ। ਐਂਡਿੰਗ ਕਰਦੇ ਆਪਾਂ ਇਸ ਨਾਲ ਅੱਜ ਦੇ ਵਲੋਗ ਦੀ, ਹੋਪ ਕਰਦੇ ਤੁਹਾਨੂੰ ਵਲੋਗ ਪਸੰਦ ਆਇਆ ਹੋਵੇ। ਹਾਂਜੀ, ਮਸ਼ੀਨ 'ਚੋਂ ਕੱਪੜੇ ਕੱਢ ਲਾਂਗੀ, ਅਤੇ ਬਾਏ ਬਾਏ ਟਾਟਾ।